6 लाख रुपए की कार दे देंगे 18 मॉडल ऑटोमेटिक। ठीक है, मैंने शौक पूरे करने वाली माड़ी नहीं। ठीक है, 2009 मॉडल ऑल ओरिजिनल कार है भाजी, बॉडी दे 1 रुपए दा नहीं खर्चा, इंजन ते 1 रुपए दा नहीं खर्चा, सिर्फ तेल पा के चलानी है। कार दे देंगे 5 लाख रुपए दी, 12 मॉडल 2 लाख रुपए दी भाजी, 2 लाख रुपए ते भाजी। स्विफ्ट, स्विफ्ट दे भी चर्चे भाजी बहुत आ। बिल्कुल भाजी बिल्कुल, ए भी गड्डी हाई सेल ते है ना जी भाजी। ते हुन गल करिए दी, दसो एदी की डिटेल। सबसे टॉप मॉडल ZXi ऑप्शनल भाजी, पुष्कर कार 2020 फर्स्ट ऑनर, पेपर वगैरह पूरे है कंप्लीट। कंप्लीट भाजी, ठीक है। ते गल करिए हुन एदी डिमांड दी की रहे, 7.5 लाख रुपए दी भाजी कहने आ, ताडे करके दवांगे 7.5 लाख रुपए। ਆਪਾਂ ਜਿਹੜੇ ਆ ਘੱਟ ਦੇਣੇ, ਘੱਟ ਪ੍ਰਾਈਸ ਤੇ ਗੱਡੀਆਂ ਦੇਣੀਆਂ ਆਪਾਂ, ਆ ਕੇ ਭਾਜੀ ਤੋਂ ਲੈ ਜਿਓ। ਤੇ ਹੁਣ ਗੱਲ ਕਰੀਏ, ਫਿਰ ਆ ਗਈ ਭਾਜੀ ਤੋਂ ਆਪਾਂ ਸਵਿਫਟ, ਜਿਹਦਾ ਸਵਿਫਟ ਭਾਜੀ ਹਾਈ ਡਿਮਾਂਡ ਕਾਰ ਹੈ, ਮਿਲ ਨਹੀਂ ਰਹੀ, ਉੱਪਰੋਂ ਦੀ ਆਟੋਮੈਟਿਕ ਕਾਰ ਹੈ ਭਾਜੀ। ਤੇ ਭਾਜੀ ਇਹ ਆਟੋਮੈਟਿਕ ਕੀ ਆ, ਵੈਸੇ ਤਾਂ ਬਹੁਤ ਘੱਟ ਡੀਲਰ ਹੁੰਦੇ, ਤਾਂ ਜੀ ਤਕਰੀਬਨ ਸਾਰੀ ਗੱਡੀਆਂ ਨੂੰ ਲੋਏ ਵੇਲਸ ਪਏ ਆ ਜੀ। ਜੀ ਭਾਜੀ, ਹਾਂ ਅੱਜ ਕੱਲ ਆਪਾਂ ਕਸਟਮਰ ਦੇ ਲਈ ਹੀ ਪਵਾਈਦੇ ਆ। ਐਕਚੁਅਲ ਦੇ ਵਿੱਚ ਹੁੰਦਾ ਕਿ ਮੈਂ ਤੁਹਾਨੂੰ ਦੱਸਦਾ ਜੀ, ਸਾਡੇ ਕੋਲ ਕਾਰ ਲੈ ਜਾਂਦਾ ਕਸਟਮਰ, ਮੁੜ ਕੇ ਸਾਨੂੰ ਹੀ ਫੋਨ ਕਰਦਾ, ਯਾਰ ਕੋਈ ਜਲੰਧਰ ਕਿਸੇ ਦਾ ਨੰਬਰ ਦੇ ਦਿਓ, ਅਲੋਏ ਟਾਇਰ ਪਵਾਣੇ, ਕੋਈ ਲੈਸ ਕਰਾ ਦਿਓ। ਅਸੀਂ ਕੋਸ਼ਿਸ਼ ਇਹੀ ਕਰਦੇ ਵੀ ਇੱਥੇ ਪਵਾ ਕੇ ਹੀ ਦਈਏ ਕਿ ਅਗਲਾ ਤੇਲ ਪਾ ਕੇ ਗੱਡੀ ਚਲਾਵੇ। ਉਹੀ ਹੈ, ਪੈਟਰੋਲ ਪਵਾਓ ਤੇ ਗੱਡੀ ਆ ਕੇ ਲੈ ਜਾਓ। ਬਿਲਕੁਲ ਭਾਜੀ ਬਿਲਕੁਲ, ਠੀਕ ਆ। ਤੇ ਇਹਦੀ ਭਾਜੀ ਆਪਣਾ ਡਿਮਾਂਡ ਕੀ ਦੱਸੀ ਸੀ? 6.5 ਲੱਖ ਰੁਪਏ ਦੀ ਕਾਰ ਦੇ ਦਾਂਗੇ, 18 ਮਾਡਲ ਆਟੋਮੈਟਿਕ। ਠੀਕ ਆ। ਤੇ ਹੁਣ ਆ ਗਈ ਆਪਣਾ ਭਾਜੀ ਸਿਆਜ, ਸਿਆਜ ਭਾਜੀ 17 ਮਾਡਲ ਵੀ ਡੀਜ਼ਲ ਭਾਜੀ। ਠੀਕ ਆ। ਡੀਜ਼ਲ ਕਾਰ ਮਾਰਕੀਟ ਦੇ ਵਿੱਚ ਤੁਸੀਂ ਕੰਪਨੀ ਦੇ ਵਿੱਚ 20-20 ਲੱਖ ਰੁਪਏ ਲੈ ਕੇ ਚਲ ਜਾਓ, ਮਿਲਦੀ ਨਹੀਂ ਜੀ। ਤੇ ਓਨਰ ਸਾਡੇ ਕੋਲ ਦੇਖ ਲਓ ਜੀ ਕਿੰਨੀਆਂ ਖੜੀਆਂ। ਓਨਰ ਦੀ ਗੱਲ ਕਰੀਏ, ਇਹ ਸੈਕਿੰਡ ਭਾਜੀ, ਸੈਕਿੰਡ ਓਨਰ ਪੈ ਜੂਗੀ ਜੀ। ਤੇ ਹੁਣ ਭਾਜੀ ਗੱਲ ਕਰੀਏ, ਜਿੱਦਾਂ ਸਵਿਫਟ ਲੈਣੀ ਹੋਵੇ, ਪਹਿਲਾਂ ਤਾਂ ਤੁਸੀਂ ਦੱਸਿਆ ਸੀ ਇਹਦੇ ਤੇ ਲੋਨ ਕਿੰਨਾ ਹੋ ਜਾਊਗਾ? ਮੈਂ ਦੱਸਿਆ ਜੀ 10-20% ਹੀ ਡਾਊਨ ਪੇਮੈਂਟ ਦੇਣੀ ਹੈ। ਜੇ 6 ਲੱਖ ਰੁਪਏ ਦੀ ਕਾਰ ਹੈ, ਸਪੋਜ਼ ਤੁਸੀਂ 1 ਲੱਖ ਰੁਪਏ ਲੈ ਕੇ ਆ ਜਾਓ, ਠੀਕ ਆ, ਬਾਕੀ ਦਾ ਅਸੀਂ ਲੋਨ ਕਰਾਂਗੇ। 1 ਲੱਖ ਰੁਪਏ ਲੈ ਕੇ ਆਓ, ਗੱਡੀ ਲੈ ਜਾਓ, ਗੱਡੀ ਲੈ ਜਾਓ, ਠੀਕ ਆ। ਤੇ ਹੁਣ ਗੱਲ ਕਰੀਏ ਭਾਜੀ ਆਪਣਾ ਹੋਂਡਾ ਦੀ, ਆ ਕਿਹੜੀ ਗੱਡੀ ਭਾਜੀ? ਹੋਂਡਾ ਸਿਟੀ ਡੀਜ਼ਲ ਭਾਜੀ, 18 ਮਾਡਲ ਹੈ ਵੀ, ਠੀਕ ਆ, ਫਰਸਟ ਓਨਰ ਹੈ। ਬਾਡੀ ਦੀ ਤਕਰੀਬਨ ਸਾਰੀ ਓਰੀਜਨਲ ਭਾਜੀ ਕਾਰ। ਇਹ ਕਾਰ ਭਾਜੀ ਦੇ ਦਾਂਗੇ 7.5 ਲੱਖ ਰੁਪਏ, 7.5 ਲੱਖ ਰੁਪਏ ਦੇ ਦੋਸਤੋ ਹੋਂਡਾ ਸਿਟੀ ਦੇ ਦੇਵਾਂਗੇ। ਤੇ ਹੁਣ ਆ ਗਈ ਭਾਜੀ ਆਪਣਾ ਸਲੈਰੀਓ ਭਾਜੀ, ਸਲੈਰੀਓ ਇਹਦੇ 2022 ਮਾਡਲ, ਬਿਲਕੁਲ ਭਾਜੀ 22 ਮਾਡਲ ਹੈ, ਆਟੋਮੈਟਿਕ ਹੈ। ਸਾਡੇ ਕੋਲ ਬਹੁਤ ਕਸਟਮਰ ਸੀਗੇ ਆਟੋਮੈਟਿਕ ਲੱਭਦੇ ਸੀ, ਲੇਡੀਜ਼ ਸਪੈਸ਼ਲੀ, ਉਹ ਕਹਿੰਦੇ ਸੀ ਵੀ ਆਟੋਮੈਟਿਕ ਕਾਰ ਚਾਹੀਦੀ ਹੈ ਸਾਨੂੰ, ਤੇ ਅਸੀਂ ਸਪੈਸ਼ਲ ਲਿਆਏ ਆ, ਹਲੇ 1 ਦਿਨ ਹੀ ਹੋਇਆ ਸਟਾਕ ਚ ਲੱਗੀ ਨੂੰ, 2022 ਮਾਡਲ ਹੈ ਜੀ, 2024 ਹੈ, ਓਰੀਜਨਲ ਹੈ। ਇਹ ਕਾਰ ਦੇ ਦਾਂਗੇ ਭਾਜੀ 6.5 ਲੱਖ ਰੁਪਏ, 6.5 ਲੱਖ ਰੁਪਏ, ZXi ਟਾਪ ਮਾਡਲ, ਠੀਕ ਹੈ, ਟਾਪ ਮਾਡਲ। ਤੇ ਹੁਣ ਗੱਲ ਕਰੀਏ ਭਾਜੀ BMW ਦੀ, 2009 ਮਾਡਲ ਭਾਜੀ, ਦੇਖੋ ਜੇ ਕਿਸੇ ਨੇ ਸ਼ੌਂਕ ਪੂਰੇ ਕਰਨ ਦੇ ਲਈ ਮਾੜੀ ਨਹੀਂ, ਠੀਕ ਆ, 2009 ਮਾਡਲ ਆਲ ਓਰੀਜਨਲ ਕਾਰ ਹੈ ਭਾਜੀ, ਬਾਡੀ ਦੇ 1 ਰੁਪਏ ਦਾ ਨਹੀਂ ਖਰਚਾ, ਇੰਜਨ ਤੇ 1 ਰੁਪਏ ਦਾ ਨਹੀਂ ਖਰਚਾ, ਸਿਰਫ ਤੇਲ ਪਾ ਕੇ ਚਲਾਣੀ ਹੈ। ਕਾਰ ਦੇ ਦਾਂਗੇ 5 ਲੱਖ ਰੁਪਏ ਦੀ, 5 ਲੱਖ ਰੁਪਏ BMW ਲੈ ਜਾਓ, ਮਤਲਬ ਕਹਿ ਲਓ ਵਰਨਾ ਦੇ ਰੇਟ ਤੇ ਆਪਣਾ BMW ਸ਼ੌਂਕ ਪੂਰੇ ਕਰੋ, 40-50 ਲੱਖ ਰੁਪਏ ਦੀ ਉਦੋਂ ਸੀ, ਹੁਣ ਤਾਂ ਮੇਰੇ ਸਾਹਮਣੇ ਲੱਖ ਦੇ ਕਰੀਬ, ਕਰੋੜ ਦੇ ਕਰੀਬ ਹੋਏਗੀ। ਠੀਕ ਆ, ਗੱਲ ਕਰੀਏ ਆਪਣੇ ਸਵਿਫਟ ਦੀ, ਇਹਦਾ ਕੀ ਡਿਟੇਲ ਰਹਿਣ ਵਾਲੀ ਆ? 2015 ZDI ਭਾਜੀ, ਅੱਛਾ ਜੀ, 15 ਮਾਡਲ ਹੈ, ਟੌਪ ਮਾਡਲ ਹੈ, ਵਧੀਆ ਕਾਰ ਹੈ, ਫਸਟ ਓਨਰ ਹੈ, ਠੀਕ ਆ, ਇਹ ਦੇ ਦਾਂਗੇ 5 ਲੱਖ ਰੁਪਏ। ਗੱਡੀ ਕੱਚ ਵਰਗੀਆਂ ਕਾਰਾਂ ਹੈ ਨਾ, ਮੈਂ ਕਿਹਾ ਬਾਈ ਜੀ ਚਮਕਾ ਕੇ ਰੱਖੀਆਂ ਸਾਰੀਆਂ, ਪੂਰੀ ਮਿਹਨਤ ਕਰੀਦੀ ਆ ਜੀ, ਠੀਕ ਆ, ਕਸਟਮਰ ਨੂੰ ਕਿਤੇ ਖਰਾਬ ਹੋਣ ਦੀ ਲੋੜ ਨਹੀਂ, ਜੁੱਤੀਆਂ ਅਸੀਂ ਘਸਾ ਲਈ ਦੀਆਂ ਗੱਡੀਆਂ ਲੱਭਣ ਲਈ, ਮਤਲਬ ਉਹਨੂੰ ਲੋੜ ਨਹੀਂ, ਆਪਾਂ ਕਸਟਮਰ ਨੂੰ ਸਾਰੀ ਸਾਫ ਸੁਥਰੀ ਗੱਡੀ ਦੇਣੀ ਹੈ ਨਾ, ਜੀ ਜੀ ਬਿਲਕੁਲ, ਉਹਨੂੰ ਕੁਝ ਕਰਾਉਣ ਦੀ ਲੋੜ ਨਹੀਂ ਹੈਗੀ, ਗੱਡੀ ਚਾਹੇ ਪੁਰਾਣੀ ਲਓ, ਫੀਲ ਆਪਾਂ ਨਵੀਂ ਦੀ ਦਵਾਂਗੇ, ਠੀਕ ਹੈ, ਨਵੀਂ ਦੀ ਫੀਲ ਦੇਣੀ ਆ। ਤੇ ਭਾਜੀ ਹੁਣ ਆਪਾਂ ਜਿਹੜੀਆਂ ਸਾਰੀਆਂ ਤਕਰੀਬਨ ਗੱਡੀਆਂ ਦਿਖਾਤੀਆਂ, ਤੇ ਹੁਣ ਆਪਾਂ ਜਿਹੜੀ ਵੀਡੀਓ ਖਤਮ ਕਰੀਏ, ਮੈਂ ਕੈਮਰਾਮੈਨ ਨੂੰ ਕਹੂੰਗਾ ਉੱਤੇ ਬੋਰਡ ਦਿਖਾ ਦੇ। ਨਹੀਂ ਨਹੀਂ ਭਾਜੀ, ਹੱਲੇ ਕਿੱਦਾਂ ਖਤਮ ਕਰੀਏ, ਮਤਲਬ ਹੱਲੇ ਖਤਮ ਨਹੀਂ ਹੋਈਆਂ, ਹੱਲੇ ਤਾਂ ਤੁਹਾਨੂੰ ਅੱਧ ਵੀ ਨਹੀਂ ਦਿਖਾਇਆ ਆਪਾਂ, ਹੱਲੇ ਚਲੋ ਮੇਰੇ ਨਾਲ, ਮਤਲਬ ਦਿਖਾਣੇ, ਮਤਲਬ ਬੇਸਮੈਂਟ ਦੇ ਵਿੱਚ ਵੀ, ਬੇਸਮੈਂਟ ਤਾਂ ਤੁਹਾਨੂੰ ਦਿਖਾ ਕੇ ਲਿਆਈਏ ਆਪਣੀ, ਠੀਕ ਆ। ਅੱਛਾ, ਮੇਰੇ ਹਿਸਾਬ ਨਾਲ ਸਰਵਿਸ ਕਰਨ ਲਈ ਬਣਵਾਇਆ ਹੋਣਾ ਭਾਜੀ, ਉਹ ਵੀ ਅਲੱਗ ਬਣਾਇਆ ਹੋਇਆ, ਠੀਕ ਆ ਠੀਕ ਆ, ਇਹ ਤਾਂ ਸਿਰਫ ਕਾਰ ਦੀ ਡਿਸਪਲੇ ਲਈ ਆ ਭਾਜੀ। ਓ ਭਾਜੀ, ਇਹ ਵੀ ਸਟੋਕ ਹੈਗੇ ਆ? ਬਿਲਕੁਲ ਬਿਲਕੁਲ ਭਾਜੀ, ਦੇਖੋ ਮਾਰੋ, ਮਤਲਬ ਕਹਿ ਲਓ ਇਹ ਧਮਾਕਾ ਜਿਹੜਾ ਕਹਿ ਲਓ ਬਚਾ ਕੇ ਰੱਖਿਆ ਸੀ ਆਪਾਂ, ਬਿਲਕੁਲ ਜੀ ਬਿਲਕੁਲ, ਠੀਕ ਆ। ਤੇ ਭਾਜੀ ਦੇਖ ਸਕਦੇ ਹੋ ਦੋਸਤੋ, ਆਪਣਾ ਬੇਸਮੈਂਟ ਦੇ ਵਿੱਚ ਵੀ ਗੱਡੀਆਂ ਖੜੀਆਂ ਨੇ ਆ, ਉੱਤੋਂ ਆ ਕੇ ਦੇਖ ਸਕਦੇ ਹਨਾ, ਮਤਲਬ ਜਿਹਨੇ ਆਪਣਾ ਕਹਿ ਲਓ ਇੱਕ ਸਰਪ੍ਰਾਈਜ਼ ਪੈਕੇਜ ਲੈਣਾ ਹੋਵੇ ਥੱਲੇ ਆ ਕੇ ਜੀ ਭਾਜੀ ਜੀ, ਕਿਉਂਕਿ ਭਾਜੀ ਗਰਮੀਆਂ ਸਪੈਸ਼ਲੀ ਚੱਲ ਰਹੀਆਂ, ਕਸਟਮਰ ਸਾਡੇ ਕੋਲ ਜਿਹੜਾ ਆਂਦਾ ਆ 2-3 ਹੱਦ 3.5 ਲੱਖ ਤੱਕ ਉਹਦਾ ਬਜਟ ਹੁੰਦਾ ਹੈ, ਇਹਨਾਂ ਦੇ ਵਿੱਚ ਉਹ ਕਾਰ ਚਾਹੁੰਦਾ ਵਧੀਆ, ਇਸ ਕਰਕੇ ਅਸੀਂ ਇਸ ਬਜਟ ਦੇ ਵਿੱਚ ਕਾਰਾਂ ਸਾਰੀਆਂ ਨੀਚੀ ਲਗਾ ਕੇ ਰੱਖੀਆਂ, ਠੀਕ ਆ। ਸਾਡੇ ਕੋਲ 11 ਮਾਡਲ ਭਾਜੀ ਡਿਜ਼ਾਇਰ ਖੜੀ ਹੈ, ਫਸਟ ਓਨਰ ਹੈ, 2,85,000 ਰੁਪਏ ਦੇ ਦੇਵਾਂਗੇ, 2,85,000 ਦੀ ਦੇ ਦੇਵਾਂਗੇ ਜੀ। ਤੇ ਗੱਲ ਕਰੀਏ ਭਾਜੀ ਪਹਿਲੇ ਨੰਬਰ ਤੇ ਜਿਹੜੀ ਆਪਣੀ ਐਸ ਕ੍ਰੋਸ ਖੜੀ ਹੈ ਭਾਜੀ, 2016 ਮਾਡਲ,
ਇਹ ਕਾਰ ਦੇ ਦਾਂਗੇ ਭਾਜੀ 5.5 ਲੱਖ ਰੁਪਏ ਦੀ ਆਪਣਾ ਪੈਟਰੋਲ ਜਾਂ ਡੀਜ਼ਲ ਡੀਜ਼ਲ ਵੇਰੀਐਂਟ ਭਾਜੀ ਓਨਰ ਪੁਸ਼ ਬਟਨ ਸਟਾਰਟ ਫਸਟ ਓਨਰ ਫਸਟ ਓਨਰ ਮਿਲ ਜੂਗੀ ਤੇ ਇਹਦਾ ਆਪਣਾ ਡਿਮਾਂਡ ਕਿੰਨੀ ਦੱਸੀ ਸੀ 5.5 ਲੱਖ ਦੀ ਕਾਰ ਹੀ ਦੇ ਦਾਂਗੇ ਜੀ ਤੇ ਆ ਗਈ ਭਾਜੀ ਗੱਲ ਡਸਟਰ ਦੀ ਕਰੀਏ ਡਸਟਰ ਭਾਜੀ ਫਸਟ ਓਨਰ ਆਲ ਓਰੀਜਨਲ ਕਾਰ ਇਹ ਦੇ ਦਾਂਗੇ ਭਾਜੀ 4.25 ਲੱਖ ਰੁਪਏ 4.25 ਲੱਖ ਦੀ ਦੋਸਤੋ ਆ ਗਈ ਡਸਟਰ 10 ਇੰਜਨ ਵਾਲੇ ਇਹਨਾਂ ਦੀ ਵੀ ਪੂਰੀ ਇੰਜਨ ਗੇਅਰ ਦੀ ਫੁੱਲ ਗਰੰਟੀ ਨਾਲ ਫੁੱਲ ਗਰੰਟੀ ਜਿਹੜੀ ਮਰਜ਼ੀ ਕਾਰ ਲੈ ਜਾਓ ਜੀ ਗਰੰਟੀ ਫੁੱਲ ਹੋਗੀ ਤੇ ਟਾਇਰ ਟੱਪਾ ਕੰਡੀਸ਼ਨ ਵਗੈਰਾ ਬਿਲਕੁਲ ਤੁਸੀਂ ਤੇਲ ਪਵਾ ਕੇ ਗੱਡੀ ਚਲਾਣੀ ਹੈ ਠੀਕ ਹੈ ਤੇਲ ਪਵਾ ਕੇ ਗੱਡੀ ਲੈ ਕੇ ਜਾਣੀ ਤੇ ਆ ਗਈ ਭਾਜੀ ਆਪਣਾ ਆਰਟਿਗਾ ਭਾਜੀ 12 ਮਾਡਲ 7 ਸੀਟਰ ਮਿਲਦੀਆਂ ਨਹੀਂ ਕਾਰਾਂ ਜੀ 4 ਲੱਖ ਰੁਪਏ ਦੀ ਕਾਰ ਤੁਹਾਡੇ ਲਈ 4 ਲੱਖ ਦੀ ਆਰਟਿਗਾ ਆਰਟਿਗਾ ਕਾਰ ਦੇ ਦਾਂਗੇ ਦੋਸਤੋ 4 ਲੱਖ ਰੁਪਏ ਦੀ ਜਿਹੜੀ ਆਰਟਿਗਾ ਦੇ ਦਾਂਗੇ ਬਾਕੀ ਮੈਂ ਪਹਿਲਾਂ ਵੀ ਦੱਸਿਆ ਮੌਕੇ ਤੇ ਜਿਹੜਾ ਮਾਨ ਤਾਨ ਹੋ ਜਾਊਗਾ ਬਿਲਕੁਲ ਕਰਾਂਗੇ ਜੀ ਬਿਲਕੁਲ ਤੇ ਹੁਣ ਗੱਲ ਕਰੀਏ ਭਾਜੀ ਅਗਲੀ ਗੱਡੀ ਦੀ 2018 ਮਾਡਲ ਪੈਟਰੋਲ ਆਟੋਮੈਟਿਕ ਭਾਜੀ ਡਿਜ਼ਾਇਰ ਠੀਕ ਆ ਇਹ ਦੇ ਦਾਂਗੇ ਭਾਜੀ 6.5 ਲੱਖ ਰੁਪਏ 6.5 ਲੱਖ ਰੁਪਏ ਦੀ ਗੱਡੀ ਦੇ ਦੇਵਾਂਗੇ ਬਿਲਕੁਲ ਭਾਜੀ ਠੀਕ ਆ ਤੇ ਹੁਣ ਗੱਲ ਕਰੀਏ ਭਾਜੀ ਵਰਨਾ ਦੀ 2012 ਮਾਡਲ ਇਹ ਭਾਜੀ ਡਿਮਾਂਡ ਬਹੁਤ ਆ ਜੀ ਵਰਨਾ ਸਕੋਰਪੀਓ ਫੋਰਚੂਨਰ ਤਿੰਨੋਂ ਹਾਈ ਸੈਟਿੰਗ ਗੱਡੀਆਂ ਹਨ ਜੀ 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 ਤੇ ਗੱਲ ਕਰੀ ਹੁਣ ਭਾਜੀ ਇਹਦੀ ਦੱਸ ਇਹ ਵੀ ਫਸਟ ਓਨਰ ਹੈ ਭਾਜੀ 12 ਮਾਡਲ ਹੈ 3.5 ਲੱਖ ਰੁਪਏ ਦੇ ਪੇਪਰ ਵਗੈਰਾ ਪੂਰੇ ਭਾਜੀ ਇਹਦੇ ਪੂਰੇ ਕਰਕੇ ਦਵਾਂਗੇ ਜੀ ਠੀਕ ਆ ਤੇ ਦੋਸਤੋ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਅੰਦਰੋਂ ਇੰਟੀਰੀਅਰ ਗੱਡੀ ਦਾ ਜਿਹੜਾ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈਗਾ ਆ ਮੈਂ ਵੀਡੀਓ ਦੇ ਵਿੱਚ ਐਡ ਕਰ ਦੂੰਗਾ ਤੁਸੀਂ ਦੇਖ ਲਿਓ ਤੇ ਇਹਦੀ ਭਾਜੀ ਕੀ ਡਿਮਾਂਡ ਰੱਖੀ ਸੀ ਤੁਸੀਂ ਇਹ ਦੇ ਦਾਂਗੇ ਜੀ 3.5 ਲੱਖ ਰੁਪਏ 3.5 ਲੱਖ ਰੁਪਏ ਦੇ 3.5 ਲੱਖ ਰੁਪਏ ਦੇ ਵਿੱਚ ਵਰਨਾ ਮਿਲ ਜੂਗੀ ਤੇ ਹੁਣ ਗੱਲ ਕਰੀ ਭਾਜੀ ਆਵਲੀ ਆਪਣੀ ਪੁਰਾਣੀ ਵਰਨਾ ਪੁਰਾਣੀ ਵਰਨਾ ਭਾਜੀ ਦੋ ਚਿਨਾ ਰੱਖੀਆਂ ਨਾ ਮਤਲਬ ਜੀ ਕਿਸੇ ਦਾ ਬਜਟ ਘੱਟ ਆ ਤਾਂ ਉਹ ਇਹ ਤਾਂ 2 ਲੱਖ ਤੋਂ ਵੀ ਥੱਲੇ ਦਵਾਂਗੇ ਜੀ ਠੀਕ ਆ 2009 ਮਾਡਲ ਹੈ 1,70,000 ਰੁਪਏ ਦੀ ਕਾਰ 1,70,000 ਦੇ ਵਿੱਚ ਭਾਜੀ ਹੋਰ ਜਿਹੜਾ ਮਾਨਤਨ ਕਰਿਓ ਬਿਲਕੁਲ ਕਰਾਂਗੇ ਜੀ ਵੀਡੀਓ ਕਰਕੇ ਬਿਲਕੁਲ ਤੇ ਹੁਣ ਗੱਲ ਕਰੀ ਭਾਜੀ ਇਧਰ i20 2016 ਮਾਡਲ ਭਾਜੀ 5.5 ਲੱਖ ਰੁਪਏ ਦੀ ਇਹ ਵੀ ਕਾਰ ਦੇ ਦਾਂਗੇ ਜੀ 5.5 ਲੱਖ ਰੁਪਏ ਦੀ ਜੀ ਭਾਜੀ ਠੀਕ ਫਿਰ ਆ ਗਈ ਭਾਜੀ ਟਿਓਸ ਟਿਓਸ 12 ਮਾਡਲ 3 ਲੱਖ ਤੋਂ ਵੀ ਥੱਲੇ ਦਵਾਂਗੇ ਜੀ 3 ਲੱਖ ਤੋਂ ਵੀ ਥੱਲੇ ਦੇ ਦੇਵਾਂਗੇ ਤੇ ਮਾਡਲ ਕਿੰਨਾ ਦੱਸੇ ਸੀ 2012 ਭਾਜੀ ਠੀਕ ਆ ਤੇ ਇਹਦੀ ਵੀ ਭਾਜੀ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਗੱਡੀ ਕਾਰ ਤੁਸੀਂ ਜਿਹੜੀ ਮਰਜ਼ੀ ਲੈ ਜਾਓ ਭਾਜੀ ਇੰਜਨ ਦੀ ਫੁੱਲ ਗਾਰੰਟੀ ਹੋਏਗੀ ਐਕਸੀਡੈਂਟਲ ਤਾਂ ਨਹੀਂ ਹੁੰਦੀ ਐਕਸੀਡੈਂਟ ਕਾਰ ਲਈਦੀ ਨਹੀਂ ਭਾਜੀ ਲਈਦੀ ਨਾ ਵੇਚੀਦੀ ਨਾ ਖਰੀਦੀ ਦੀ ਬਿਲਕੁਲ ਭਾਜੀ ਠੀਕ ਆ ਤੇ ਹੁਣ ਗੱਲ ਕਰੀਏ ਭਾਜੀ ਆਪਣੇ ਨੈਕਸਟ ਗੱਡੀ ਦੀ ਅਮੇਜ਼ ਭਾਜੀ 2014 ਮਾਡਲ ਇਹ ਕਾਰ ਦੇ ਦਾਂਗੇ 3.5 ਲੱਖ ਰੁਪਏ ਦੀ 3.5 ਲੱਖ ਰੁਪਏ ਦੀ ਗੱਡੀ ਦੇ ਦੇਵਾਂਗੇ ਤੇ ਆ ਗਈ ਆਪਣੀ ਫੋਰਡ ਦੀ ਫੋਰਡ ਦੀ ਭਾਜੀ ਇਕੋ ਸਪੋਰਟ ਕਈ ਲੋਕ ਕਹਿੰਦੇ ਜੀ ਫੋਰਡ ਬੰਦ ਹੋ ਗਈ ਹੈ ਇਹ ਤੇ ਲੋਨ ਨਹੀਂ ਹੁੰਦਾ ਅਸੀਂ ਲੋਨ ਕਰਾ ਕੇ ਦਵਾਂਗੇ ਭਾਜੀ ਠੀਕ ਆ ਤੇ ਇਹ ਕਾਰ 2016 ਮਾਡਲ 5 ਲੱਖ ਰੁਪਏ ਦੀ ਕਾਰ ਦੇ ਦੇਵਾਂਗੇ ਤੇ ਇਹਦੇ ਤੇ ਕਿੰਨਾ ਲੋਨ ਹੋ ਜਾਊਗਾ ਉਹੀ 10-20% ਤੁਸੀਂ ਐਡਵਾਂਸ ਦੇਣਾ ਬਾਕੀ ਆਪਾਂ ਲੋਨ ਕਰਾ ਦਾਂਗੇ ਤੇ ਹੁਣ ਗੱਲ ਆ ਗਈ ਮਾਈਕਰਾ ਫਿਰ ਸਟਾਰਟ ਭਾਜੀ ਹੁਣ ਗੱਲ ਕਰੀਏ ਨੈਕਸਟ ਗੱਡੀ ਦੀ ਮਾਈਕਰਾ ਦੀ ਨਿਸ਼ਾਨ ਜੀ ਭਾਜੀ 2011 ਮਾਡਲ 2 ਲੱਖ ਰੁਪਏ ਦੀ ਭਾਜੀ 2 ਲੱਖ ਰੁਪਏ ਤੇ ਭਾਜੀ ਆਪਣਾ ਜਿਹੜਾ ਦੇਖੋ ਹੁਣ ਵੀਡੀਓ ਦੇ ਵਿੱਚ ਬਹੁਤ ਸਾਰੇ ਕਸਟਮਰ ਦੇਖ ਰਹੇ ਨੇ ਕਰੋ ਜਿੰਨਾ ਹੋ ਸਕੇ ਮਾਨਤਾਨ ਕਰੋ ਗੱਡੀ ਦੀ ਤੁਹਾਡੇ ਲਈ ਭਾਜੀ 1,85,000 ਰੁਪਏ ਦੀ ਕਾਰ ਦੇ ਦੀ ਗੱਲ ਹੈ ਬਿਲਕੁਲ ਭਾਜੀ ਰੁਪਿੰਦਰ ਜੀ ਤੁਹਾਡਾ ਨਾਮ ਲੈ ਲਵੇ ਕੋਈ 1,85,000 ਦੇ ਵਿੱਚੋਂ ਵੀ ਮਾਨ ਕਰਕੇ ਕਾਰ ਦੇ ਕੈਮਰਾ ਤਾਂ ਨਹੀਂ ਗੱਲ ਮੈਂ ਕਿਹਾ ਜੀ ਬਿਲਕੁਲ ਠੀਕ ਆ ਕਸਟਮਰ ਜਦੋਂ ਮਰਜ਼ੀ ਆ ਜਾਏ ਜਦੋਂ ਮਰਜ਼ੀ ਠੀਕ ਤੇ ਦੋਸਤੋ ਆਪਣੀਆਂ ਜੇ ਆਪਾਂ ਛੱਤ ਥੱਲੇ ਖੜੇ ਆ ਫ੍ਰੈਂਡਲੀ ਕਰਦੇ ਆ ਇੱਥੇ ਗੱਡੀਆਂ ਕੱਲੀਆਂ ਜਿਹੜੀਆਂ ਸੇਵ ਨਹੀਂ ਹੁੰਦੀਆਂ ਆ ਬਾਈ ਜੀ ਨੇ ਕੰਮ ਕਰ ਰਹੇ ਨੇ ਬਾਈ ਜੀ 1 ਮਿੰਟ ਰੋਕਿਓ ਤੇ ਬਾਈ ਜੀ ਗੱਲ ਆਪਣਾ ਆਪਣਾ ਇੱਥੇ ਸਰਵਿਸ ਵਗੈਰਾ ਤੁਸੀਂ ਆਪ ਹੀ ਕਰਦੇ ਹੋ ਫਿਰ ਹਾਂਜੀ ਇਹ ਸਾਰਾ ਉਹ ਆਪ ਕਰੀਦਾ ਮਤਲਬ ਸਾਰਾ ਕੰਪਾਊਂਡ ਵੀ ਆਪ ਕਰੀਦਾ ਧੋਈਦਾ ਬੋਸ ਸਾਰਾ ਪੱਟ ਕੇ ਕਰੀਦੀ ਗੱਡੀ ਸਾਰੀ ਠੀਕ ਆ ਪੋਲਿਸ਼ ਬੋਡੀ ਪੋਲਿਸ਼ ਕਮੋਡ ਸਾਰਾ ਹੋ ਜਾਂਦਾ ਰਿਪੇਅਰ ਵਗੈਰਾ ਵੀ ਗੱਡੀ ਰਿਪੇਅਰ ਨਹੀਂ ਭਾਈ ਰਿਪੇਅਰ ਨਹੀਂ ਬਸ ਗੱਡੀ ਸਾਫ ਸੁਥਰੀ ਸਾਫ ਅੰਦਰੋਂ ਕਲੀਅਰ ਕਰ ਦਈਦੀ ਆ ਡਰਾਈਵਿੰਗ ਸਾਰਾ ਕੁਝ ਕਰੀਦਾ ਪੋਲਿਸ਼ ਮਰੀਦੀ ਭਾਈ ਮਤਲਬ ਕਸਟਮਰ ਨੂੰ ਬਾਹਰੋਂ ਕਰਾਉਣ ਦੀ ਲੋੜ ਨਹੀਂ ਇੱਥੋਂ ਗੱਡੀ ਲੈ ਕੇ ਇੱਥੋਂ ਕਰਾਇਓ ਇੱਥੋਂ ਸਾਫ ਕਰਕੇ ਦੇ ਦੀ ਗੱਡੀ ਭਾਈ ਠੀਕ ਨਾ ਬੋੜੀ ਬੋੜੀ ਪੋਲ ਵੀ ਹੁਣ ਭਾਜੀ ਕਿਸੇ ਕਸਟਮਰ ਦੀ ਕਰ ਰਹੇ ਆ ਗੱਡੀ ਹਾਂਜੀ ਭਾਈ ਕਸਟਮਰ ਦੀ ਠੀਕ ਆ ਇਹ ਵੀ ਵਿਕਣ ਵਾਸਤੇ ਆ ਗੱਡੀ ਠੀਕ ਆ ਤੇ ਉਹਦੇ ਲਈ ਤਿਆਰ ਕਰ ਰਹੇ ਆ ਤਿਆਰ ਕਰਦੇ ਪਏ ਸੀ ਗੱਡੀ ਕੰਮ ਚੱਲ ਰਿਹਾ ਜੀ ਹਾਂ ਖਾਸ ਪ੍ਰਾਈਸ ਦਾ ਸਾਫ ਕਰਕੇ ਹਾਂਜੀ ਭਾਜੀ ਆਪਾਂ ਹੁਣ ਤਕਰੀਬਨ ਸਾਰੀਆਂ ਗੱਡੀਆਂ ਦਿਖਾ ਵੀ ਦਿੱਤੀਆਂ ਜੀ ਭਾਜੀ ਜੀ ਤੇ ਸਾਰੀ ਕੱਲੀ ਕੱਲੀ ਗੱਡੀ ਦੀ ਡਿਟੇਲ ਦਿੱਤੀ ਜੀ ਜਿੰਨਾ ਤੁਹਾਡਾ ਸਟਾਕ ਪਿਆ ਭਾਜੀ ਉਹਨਾਂ ਨੂੰ ਮੈਨੇਜ ਕਰਨਾ ਵੀ ਔਖਾ ਆ ਕਿਉਂਕਿ 50 ਪਲੱਸ ਗੱਡੀਆਂ ਮੇਰੇ ਸਾਹਮਣੇ ਖੜੀਆਂ ਬਿਲਕੁਲ ਭਾਜੀ ਤੇ ਗੱਲ ਕਰੀ ਹੁਣ ਭਾਜੀ ਮੈਨੇਜ ਕਿੱਦਾਂ ਕਰ ਲੈਂਦੇ ਹੋ ਜੇ ਤੁਸੀਂ ਕਈ ਵਾਰ ਕੰਮ ਤੇ ਗਏ ਹੁੰਦੇ ਹੋ ਆ ਜਾਓ ਭਾਜੀ ਤੁਹਾਨੂੰ ਦਿਖਾਉਂਦੇ ਸਰਪ੍ਰਾਈਜ਼ ਹੀ ਆ ਸਰਪ੍ਰਾਈਜ਼ ਹੀ ਸਮਝ ਲਓ ਇਹ ਮੇਰੇ ਕੁਲੀਕ ਆ ਇਹ ਤੁਹਾਨੂੰ ਹਰ ਚੀਜ਼ ਕਾਰ ਦੀ ਸ਼ੁਰੂ ਤੋਂ ਲੈ ਕੇ ਐਂਡ ਪੇਪਰਾਂ ਦੀ ਹਰ ਤਰ੍ਹਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰੂਗਾ ਤੇ ਹੁਣ ਆਪਾਂ ਭਾਜੀ ਗੱਡੀਆਂ ਦਿਖਾਤੀਆਂ ਤੇ ਤੁਸੀਂ ਸਟਾਫ ਮੈਂਬਰ ਤੇ ਦੱਸੋ ਭਾਜੀ ਜੇ ਅਗਰ ਕੋਈ ਕਸਟਮਰ ਗੱਡੀ ਲੈ ਕੇ ਲੈਣ ਆਉਂਦਾ ਆ ਤੇ ਕੀ ਪ੍ਰੋਸੈਸ ਰਹਿੰਦਾ ਉਹਦਾ ਭਾਜੀ ਪ੍ਰੋਸੈਸ ਜ਼ਿਆਦਾ ਕੁਝ ਮੇਜਰ ਨਹੀਂ ਹੁੰਦਾ ਆ ਬਹੁਤ ਸਿੰਪਲ ਬੇਸਿਕ ਪ੍ਰੋਸੈਸ ਹੁੰਦਾ ਆ
ਆਪਾਂ ਪਹਿਲਾਂ ਤਾਂ ਕਸਟਮਰ ਤੋਂ ਆਧਾਰ ਕਾਰਡ ਵਗੈਰਾ ਲੈ ਲੈਣਾ, ਜੋ ਵੀ ਆਈਡੀ ਪਰੂਫ ਵਗੈਰਾ ਲੱਗਦੇ ਆ, ਤੇ ਪਲੱਸ ਆਪਾਂ ਜੋ ਵੀ ਕਾਰ ਹੁੰਦੀ ਆਪਾਂ ਟ੍ਰਾਂਸਫਰ ਕਰਾ ਕੇ ਦੇ ਦੇਈਏ, ਠੀਕ ਆ, ਤਾਂ ਕਿ ਕਸਟਮਰ ਨੂੰ ਕੋਈ ਇਨ ਫਿਊਚਰ ਕੋਈ ਪ੍ਰੋਬਲਮ ਨਾ ਆਵੇ, ਇੰਸ਼ੋਰੈਂਸ ਪੋਲਿਊਸ਼ਨ ਸਾਰੀ ਡਿਟੇਲਸ ਆਪਾਂ ਕਰਕੇ ਦਿੰਦੇ ਆ, ਤਾਂ ਇਹ ਚੌਂਕ ਤੱਕ ਵੀ ਜਾਊਗਾ, ਰਾਊਂਡ ਅਬਾਊਟ ਤੱਕ ਵੀ ਜਾਊਗਾ, ਉਹਨੂੰ ਕੋਈ ਪ੍ਰੋਬਲਮ ਨਾ ਹੋਵੇ, ਮਤਲਬ ਸੈਟੀਸਫਾਈ ਕਰਾ ਕੇ ਭੇਜ, ਸੈਟੀਸਫਾਈ ਕਰਕੇ ਪ੍ਰੋਪਰ ਡਾਕੂਮੈਂਟਸ ਕਰਕੇ ਫਿਰ ਆਪਾਂ ਦਵਾਂਗੇ, ਤੇ ਪੇਪਰ ਵਗੈਰਾ ਹਰ ਗੱਡੀ ਦੇ ਤਿਆਰ ਹੁੰਦੇ ਆ, ਹਾਂਜੀ ਹਾਂਜੀ, ਠੀਕ ਆ, ਤੇ ਗੱਲ ਕਰੀਏ ਹੁਣ ਭਾਜੀ ਲੋਨ ਦੀ, ਲੋਨ ਅਪਰੂਵ ਕਿੰਨੇ ਉਹ ਭਾਜੀ ਦੱਸੋਗੇ ਤੁਹਾਨੂੰ, ਠੀਕ ਭਾਜੀ ਹੈ, ਤੇ ਹੁਣ ਗੱਲ ਕਰੀਏ ਭਾਜੀ ਲੋਨ ਦੀ, ਗੱਡੀਆਂ ਤੇ ਲੋਨ ਕਿੰਨਾ ਹੋ ਜਾਂਦਾ ਤੇ ਕਿੰਨਾ ਇਹ ਕਿੰਨੇ ਦਿਨ ਚ ਅਪਰੂਵ ਹੋ ਜਾਂਦਾ? ਇਦਾਂ ਦੇਖੋ ਤੁਸੀਂ ਸਾਡੇ ਕੋਲ ਕਾਰ ਲੈਣ, ਆਪਾਂ ਇਹੀ ਕਹਿੰਨੇ ਹਰ ਕਿਸਮ ਨੂੰ ਆਪਣਾ ਆਧਾਰ ਕਾਰਡ, ਪੈਨ ਕਾਰਡ, ਬੈਂਕ ਦੀ ਸਟੇਟਮੈਂਟ ਲੈ ਕੇ ਆਓ, ਵੱਧ ਤੋਂ ਵੱਧ 2 ਘੰਟੇ ਦੇ ਵਿੱਚ ਤੁਹਾਡਾ ਸਿੰਬਲ ਸਕੋਰ ਚੈੱਕ ਕਰਾ ਕੇ ਅਸੀਂ ਤੁਹਾਨੂੰ 3 ਘੰਟੇ ਦੇ ਵਿੱਚ ਵਿੱਚ ਗੱਡੀ ਪ੍ਰੋਵਾਈਡ ਕਰਾ, ਡਿਲੀਵਰ ਕਰਾ, ਮਤਲਬ ਜਿੰਨਾ ਵਧੀਆ ਸਿੰਬਲ ਸਕੋਰ ਹੋਗਾ ਉਸ ਹਿਸਾਬ ਨਾਲ ਆਪਾਂ ਜਲਦੀ ਗੱਡੀ ਪ੍ਰੋਵਾਈਡ ਕਰਾਈ ਦੀ ਆ, ਠੀਕ ਆ, ਤੇ ਆਪਾਂ ਇਹੀ ਕਹਿੰਨੇ ਆ ਆਪਣਾ ਟਰੈਕ ਸਾਫ਼ ਰੱਖੋ, ਠੀਕ ਆ, ਬਾਕੀ ਪੇਪਰਾਂ ਦੀ ਜ਼ਿੰਮੇਵਾਰੀ ਸਾਡੀ ਆ, ਠੀਕ ਆ, ਅਸੀਂ ਹਰੇਕ ਬੈਂਕ ਤੋਂ ਕੋਸ਼ਿਸ਼ ਕਰੀ ਘੱਟ ਇੰਟਰਸਟ ਰੇਟ ਤੇ ਤੁਹਾਨੂੰ ਲੋਨ ਕਰਵਾਈਏ, ਠੀਕ ਆ, ਤੇ ਅਪਰੂਵਲ ਦੀ ਕਿੰਨੇ ਦਿਨ ਦੇ ਵਿੱਚ ਹੋ ਜਾਂਦੀ? ਅਪਰੂਵਲ ਦੇਖੋ ਭਾਈ ਤੁਹਾਡੇ ਸਿੰਬਲ ਸਕੋਰ ਤੇ ਡਿਪੈਂਡ ਕਰਦਾ, ਜੇ ਤੁਹਾਡਾ ਸਿੰਬਲ ਸਕੋਰ ਵਧੀਆ ਵਾ 2 ਘੰਟੇ ਵਿੱਚ ਸਾਨੂੰ ਰਿਪੋਰਟ ਆ ਜਾਂਦੀ ਆ, ਅਸੀਂ ਤੁਹਾਨੂੰ ਸ਼ਾਮ ਤੱਕ ਗੱਡੀ ਡਿਲੀਵਰ ਕਰ ਸਕਦੇ ਹਾਂ, ਠੀਕ ਆ, ਠੀਕ ਆ, ਹਾਂਜੀ।